इन्हें सद्या कि आ जा मेरे घर कोई है नहीं मैनू ले जा के। ये चल गया लैन तो बाद 10-15 मिनट बाद फोन आया कि मुंडा ढाडा इतने ही बन लिया लै जाओ आ के उदियां नू कुटिया मारिया वा वो खून दियाँ उल्टियाँ उत्थे करन लग पिया उन्हें दम उत्थे तोड़ दिते। एक कुड़ी का चक्कर जिहा चलिया सी ते कुड़ी ने फोन करके उत्थे सद्या उत्थे जाके उहदे हाथ बांह बन्न के ते इहनू धू धा के कुटिया ते सिर च रोड़े राड़े मार के ते इहदे नासां राही कन्नां थणी ते मूँह मां सारा लहू ना मेरे भरा नू कुटिया। लत्तां भी तोड़तियां जदों उहनू चुक्या उहदियां लत्तां बाहवां लमक गईआं। ਇਹ ਖੋਲਣ ਨਹੀਂ ਦਿੰਦੇ ਜਿਹੜਾ ਵੀ ਕੋਈ ਖੋਲਣ ਜਾਂਦਾ ਸੀ ਉਹਨੂੰ ਅੱਗੋਂ ਮਾਰਨ ਜਾਂਦੇ। ਮੇਰੀ ਸੱਸ ਸੀ ਉਹਨੂੰ ਕੁੱਟਿਆ ਮਾਰਿਆ ਉਹਦੇ ਲੀੜੇ ਲੂੜੇ ਪਾੜੇ ਇਹਨਾਂ ਨੇ। ਫਿਰ ਮੁੰਡਾ ਸਾਡਾ ਬਾਹਰ ਰਹਿੰਦਾ ਸੀ ਅਤੇ ਕੁੜੀ ਨੇ ਸੱਦ ਲਿਆ ਉਹਨੂੰ ਕਿ ਅਸੀਂ ਵਿਆਹ ਅਸੀਂ ਇਕੱਠੇ ਵਿਆਹ ਕਰਾਵਾਂਗੇ ਨਹੀਂ ਕਿ ਅਤੇ ਬਾਅਦ 'ਚ ਉਹਨੇ ਧੋਖੇ ਨਾਲ ਸੱਦ ਕੇ ਉਹਨੂੰ ਮਾਰਿਆ ਨਹੀਂ ਕਿ। ਰਾਜ ਸਿੰਘ 25 ਸਾਲ ਉਹਦੀ ਉਮਰ ਆ ਇਹਨੇ ਸੱਦਿਆ ਕਿ ਆ ਜਾ ਮੇਰੇ ਘਰ ਕੋਈ ਹੈ ਨਹੀਂ ਮੈਨੂੰ ਲੈ ਜਾ ਕੇ। ਇਹ ਚਲ ਗਿਆ ਲੈਣ ਤੇ ਬਾਅਦ ਵਿੱਚ 10-15 ਮਿੰਟ ਬਾਅਦ ਫੋਨ ਆਇਆ ਕਿ ਮੁੰਡਾ ਢਾਡਾ ਇੱਥੇ ਹੀ ਬੰਨ ਲਿਆ ਨੂੰ ਲੈ ਜਾਓ ਆ ਕੇ ਜੀ ਸਾਡੇ ਛਡਾਉਣਗੇ ਨੇ ਇਹਨਾਂ ਲੱਤਾਂ ਬਾਹਾਂ ਬੰਨੀਆਂ ਨੇ ਉਹਦੀਆਂ ਨੂੰ ਕੁੱਟਿਆ ਮਾਰਿਆ ਵਾ ਉਹ ਖੂਨ ਦੀਆਂ ਉਲਟੀਆਂ ਉੱਥੇ ਕਰਨ ਲੱਗ ਪਿਆ ਉਹਨੇ ਦਮ ਉੱਥੇ ਤੋੜ ਦਿੱਤੇ। ਲੱਤਾਂ ਵੀ ਤੋੜਤੀਆਂ ਜਦੋਂ ਉਹਨੂੰ ਚੁੱਕਿਆ ਉਹਦੀਆਂ ਲੱਤਾਂ ਬਾਹਾਂ ਲਮਕ ਗਈਆਂ। ਇਹ ਖੋਲਣ ਨਹੀਂ ਦਿੰਦੇ ਜਿਹੜਾ ਵੀ ਕੋਈ ਖੋਲਣ ਜਾਂਦਾ ਸੀ ਉਹਨੂੰ ਅੱਗੋਂ ਮਾਰਨ ਜਾਂਦੇ। ਮੇਰੀ ਸੱਸ ਸੀ ਉਹਨੂੰ ਕੁੱਟਿਆ ਮਾਰਿਆ ਉਹਦੇ ਲੀੜੇ ਲੂੜੇ ਪਾੜੇ ਇਹਨਾਂ ਨੇ ਉਹਨੂੰ ਵੀ ਕਰਤਾ ਅਤੇ ਉਹਨੂੰ ਫਿਰ ਘਰ ਲੈਂਦਾ ਅਤੇ ਇਹਨੂੰ ਮੁੰਡੇ ਨੂੰ ਆਉਂਦੇ ਪੁਲਿਸ ਆਏਗੀ ਤੇ ਛੱਡਣਾ। ਜਦੋਂ ਪੁਲਿਸ ਆਈ ਮੁੰਡਾ ਖਤਮ ਹੋ ਗਿਆ ਉਦੋਂ ਇੱਥੇ ਹਰਚੋਵਾਲ ਖੜਿਆ ਉਹ ਕਹਿੰਦੇ ਕਿ ਖਤਮ ਆ ਇਹਨੂੰ ਘਰ ਲੈ ਜਾਓ। ਮੈਂ ਮੁੰਡੇ ਦੀ ਚਾਚੀ ਹਾਂ ਅਤੇ ਮੁੰਡਾ ਸਾਡਾ ਬਾਹਰ ਰਹਿੰਦਾ ਸੀ ਅਤੇ ਕੁੜੀ ਨੇ ਸੱਦ ਲਿਆ ਉਹਨੂੰ ਕਿ ਅਸੀਂ ਵਿਆਹ ਅਸੀਂ ਇਕੱਠੇ ਵਿਆਹ ਕਰਾਵਾਂਗੇ ਨਹੀਂ ਕਿ ਅਤੇ ਬਾਅਦ 'ਚ ਉਹਨੇ ਧੋਖੇ ਨਾਲ ਸੱਦ ਕੇ ਉਹਨੂੰ ਮਾਰਿਆ ਨਹੀਂ ਕਿ ਅਤੇ ਸਾਨੂੰ ਬਾਹਰੋਂ ਬਾਹਰ ਪਤਾ ਲੱਗਾ ਹੈ ਨਹੀਂ ਕਿ ਅਤੇ ਅਸੀਂ ਗਏ ਹਾਂ ਜਦੋਂ ਇਹਨੂੰ ਨਹੀਂ ਛਡਾਉਣ ਵਾਸਤੇ ਅਤੇ ਗਾੜੀ ਸਾਡੇ ਵੀ ਹੱਥੀਂ ਪੈ ਗਈ ਆ ਅਤੇ ਸੁਖਰਾਜ ਦੀ ਮਾਤਾ ਜੀ ਨੂੰ ਵੀ ਇਹਨਾਂ ਨੇ ਚੰਗਾ ਕੁੱਟਿਆ ਹੋਇਆ ਨੀ ਕਿ ਜਨਾਨੀਆਂ ਪੈ ਗਈਆਂ ਹਨ ਕਿ ਸਾਡੇ ਦੁਆਲੇ ਹੋ ਗਈਆਂ ਅਤੇ ਅਸੀਂ ਜੇ ਛਡਾਉਣ ਜਾਂਦੇ ਹਾਂ ਤੇ ਸਾਨੂੰ ਗਾੜੀਆਂ ਪੈ ਜਾਂਦੀਆਂ ਸੀ ਕਿ ਜੇ ਮੇਰਾ ਕਾਕਾ ਗਿਆ ਉਹਨੂੰ ਵੀ ਪੈ ਗਈਆਂ ਉਹਦੇ ਵਾਲ ਵੂਲ ਖੋਲ ਕੇ ਉਹਨੂੰ ਵੀ ਇਹਨੇ ਕਿ ਸੁੱਟ ਲਿਆ ਉਹਨਾਂ ਨੇ ਥੱਲੇ ਮਾਰਤਾ ਸੀ ਇਹਨਾਂ ਨੇ। ਸੁਰੇਸ਼ ਸਿੰਘ ਆ ਇਹ ਕੁੜੀ ਦਾ ਚੱਕਰ ਜਿਹਾ ਚੱਲਿਆ ਸੀ ਤੇ ਕੁੜੀ ਨੇ ਫੋਨ ਕਰਕੇ ਉੱਥੇ ਸੱਦਿਆ ਤੇ ਉੱਥੇ ਦੇ ਭਰਾ ਪੈ ਗਏ ਉਹਨੂੰ ਤੇ ਲਾਗੇ ਆਂਢ ਗੁਆਂਢ ਨੇ ਵਾਵਾ ਕੁੱਟਿਆ ਉਹਨੂੰ ਤੇ ਉੱਥੇ ਜਾ ਕੇ ਇਹਦੇ ਹੱਥ ਬਾਹ ਬੰਨ ਕੇ ਤੇ ਇਹਨੂੰ ਧੂ ਧਾ ਕੇ ਕੁੱਟਿਆ ਤੇ ਸਿਰ 'ਚ ਰੋੜੇ ਰਾੜੇ ਮਾਰ ਕੇ ਤੇ ਇਹਦੇ ਨਾਸਾਂ ਰਾਹੀ ਕੰਨਾਂ ਥਣੀ ਤੇ ਮੂੰਹ ਮਾਂ ਸਾਰਾ ਲਹੂ ਨਾ ਮੇਰੇ ਭਰਾ ਨੂੰ ਕੁੱਟਿਆ ਤਾਏ ਦੇ ਮੁੰਡੇ ਨੂੰ ਤੇ ਉਹਨੂੰ ਕੁੜੀ ਦੇ ਚੱਕਰ ਕਰਕੇ ਕੁੱਟਿਆ ਕੇ ਉਹ ਕੁੜੀ ਨੇ ਸੱਦਿਆ ਫੋਨ ਲਾ ਕੇ ਉਹ ਤੇ ਚੱਲ ਗਿਆ ਘਰਦਿਆਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਇਕੱਲਾ ਹੀ ਤੁਰ ਗਿਆ ਉੱਥੇ ਉਹਦੇ ਗੋਡੇ ਇੰਨਾ ਪੀੜ ਕਾਂਡੇ ਵੀ ਨੀਲ ਪਾਤੇ ਸਾਰੇ ਲੱਤਾਂ ਲੱਤਾਂ ਉੱਠ ਕੇ ਤੁਰਿਆ ਤੱਕ ਨਹੀਂ ਆਉਂਦਾ ਉਹਦੇ ਕੋਲ ਕੱਪੜੇ ਤੱਕ ਪਾੜਤੇ ਉਹਦੇ ਸਾਡੇ 'ਚੋਂ ਇੱਧਰ ਪਿੰਡੋਂ ਗਏ ਬੰਦੇ ਪਿੱਛੋਂ ਸਾਨੂੰ ਬਾਅਦ 'ਚ ਕਿਸੇ ਨੇ ਦੱਸਿਆ ਫੋਨ ਲਾ ਕੇ ਉਹਨਾਂ ਦੇ ਘਰ ਵਾਲਿਆਂ ਦਾ ਫੋਨ ਲਾਇਆ ਸਾਨੂੰ ਬਾਅਦ 'ਚ ਅਤੇ ਆਉਂਦੇ ਤੁਹਾਡਾ ਮੁੰਡਾ ਇੱਥੇ ਆ ਅਤੇ ਆਣ ਕੇ ਲੈ ਜਾਵੇ ਇਹਨੂੰ ਉੱਥੇ ਗਏ ਅਤੇ ਆਉਂਦੇ ਅਸੀਂ ਪੁਲਿਸ ਨੂੰ ਮੁੰਡਾ ਦੇਣਾ ਤੁਹਾਨੂੰ ਨਹੀਂ ਫੜਾਉਣਾ ਇਹ ਗੱਲ ਹੋਈ ਸਾਰੀ ਸਾਡੇ ਨਾ ਵੀ ਮੇਰੇ ਵੀ ਹੱਥੇ ਪਏ ਸਾਰੇ ਜਾਣੇ ਮੈਨੂੰ ਵੀ ਕੁੱਟਿਆ ਵਿੱਚ ਵਾਲ ਵੂਲ ਮੇਰੇ ਵੀ ਖਿਲਾਰੇ ਆ ਨਾ ਨਹੀਂ ਉਹ ਉਹਨਾਂ ਦੀਆਂ ਬੀਬੀਆਂ ਨਹੀਂ ਮਾਰ ਰਹੀਆਂ ਉਹ ਕਦੀ ਇੱਧਰੋਂ ਆਈਦੀਆਂ ਇੱਧਰੋਂ ਉਹਦੀ ਮਾਂ ਦੇ ਵੀ ਸਿਰ 'ਚ ਰੋੜ ਪਾਇਆ ਉਹਨਾਂ ਅਤੇ ਉਹਦੇ ਇੱਥੇ ਬਾਂਹ ਦੇ ਵੀ ਸੱਟ ਲਈ ਚੰਗੀ ਉਹ ਬਾਂਹ ਵੀ ਕੰਮ ਨਹੀਂ ਕਰਨ ਦੀ ਪੂਰੀ ਇੱਕ ਵਾਰਦਾਤ ਹੋਈ ਹੈ ਲੜਕੀ ਸੁਖਵਿੰਦਰ ਕੌਰ ਦਾ ਕੋਈ ਰਿਲੇਸ਼ਨ ਸੀਗਾ ਸੁਖਰਾਜ ਸਿੰਘ ਵਾਸੀ ਕੀੜੀ ਫਗਾਨਾ ਦੇ ਨਾਲ ਉਹ ਇਹਦੇ ਸੰਬੰਧੀ ਦਰਖਾਸਤ ਦਿੱਤੀ ਸੀਗੀ ਆਪਣੇ ਸ਼੍ਰੀ ਗੋਬਿੰਦਪੁਰ ਥਾਣੇ ਉੱਥੇ ਉਹਨਾਂ ਦੀ ਦਰਿਆਫਤ ਦੇ ਦੌਰਾਨ ਇਹ ਮੁੰਡਾ ਉੱਥੇ ਹਾਜ਼ਰ ਨਹੀਂ ਹੋਇਆ ਔਰ ਇਹ ਆਪਣੇ ਲੈ ਕੇ ਇੱਥੋਂ ਸਲਫਾਸ ਦੀਆਂ ਗੋਲੀਆਂ ਇਹਨਾਂ ਦੇ ਲੜਕੀ ਪਰਿਵਾਰ ਦੇ ਘਰ ਆ ਗਿਆ ਜਿੱਥੇ ਕੁਝ ਮਜਾਮਤ ਵੀ ਹੋਈ ਹੋਊਗੀ ਔਰ ਇਹਨੂੰ ਇੱਥੇ ਆ ਕੇ ਇਹਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਔਰ ਮੋਤਬਰ ਬੰਦੇ ਵੀ ਉੱਥੇ ਤਕਰੀਬਨ ਇਕੱਠੇ ਹੋ ਕੇ ਰੌਲਾ ਸੁਣ ਕੇ ਉੱਥੇ ਇਹਨੇ ਕਿਹਾ ਕਿ ਮੈਂ ਦਵਾਈ ਖਾਧੀ ਸਲਫਾਸ ਖਾਧੀ ਉਹਨਾਂ ਨੇ ਪੁਲਿਸ ਨੂੰ ਵੀ ਕਨਵੇ ਕੀਤਾ ਔਰ ਇਹਦੇ ਪਰਿਵਾਰ ਨੂੰ ਵੀ ਉੱਥੇ ਸੱਦ ਲਿਆ ਔਰ ਪੁਲਿਸ ਨੇ ਜਾ ਕੇ ਇਹਨਾਂ ਨੂੰ ਹਸਪਤਾਲ ਦਾਖਲ ਕਰਾਉਣ ਲਈ ਕਿਹਾ ਆਪਾਂ ਪੁੱਜ ਕੇ ਅਤੇ ਇਹਨੂੰ ਜਿਹੜੀ ਸਾਡੀ ਟੀਮ ਸੀਗੀ ਉਹਨਾਂ ਨੇ ਇਹਨੂੰ ਹੋਸਪਿਟਲ ਪਹੁੰਚਾਇਆ ਜਿੱਥੇ ਹਰਚੋਵਾਲ ਤੋਂ ਇਹਨੂੰ ਜਵਾਬ ਮਿਲ ਗਿਆ ਔਰ ਗੁਰਦਾਸਪੁਰ ਲੈ ਕੇ ਗਏ ਆ ਜਿੱਥੇ ਮ੍ਰਿਤਕ ਲਾਣਿਆ ਸਲਫਾਸ ਖਾਧੀ ਸੀਗੀ ਇਹਦੇ ਵਿੱਚ ਅਤੇ ਕੋਈ ਬੱਚਤ ਵਾਲੀ ਕੋਈ ਗੱਲ ਲੱਗਦੀ ਨਹੀਂ ਸੀ ਸੈਕਸ਼ਨ 306 ਮਰਡਰ 'ਚ ਆਉਂਦੀ ਹੈ 34 ਨਾਲ ਸਾਂਝੀ ਨੀਅਤ
ये मुताबक अपना रजिस्ट्रेशन जी लड़के दे पिता के बयान से दर्ज की है और होर भी ये तफ्तीश चल रही है जो भी गल सामने आऊगी आप तफ्तीश लिया के जेडे मदई धेरे उन्होंने वो तो वह इंसाफ दवा की कोशिश करा।